रूस यूक्रेन ਦੇ ਵਿੱਚ ਆਪਸੀ ਦੇਸ਼ਾਂ ਦੇ ਵਿੱਚ ਯੁੱਧ ਜਿਹੜਾ ਚੱਲ ਰਿਹਾ ਹੈ, ਉੱਥੇ ਭਾਰਤ ਦੇ ਵੀ ਕੁਝ ਬੱਚੇ ਉੱਥੇ ਸਟੱਡੀ ਵਾਸਤੇ ਗਏ ਹੋਏ ਜਿਹੜੇ ਇਸ ਸਮੇਂ ਫਸੇ ਹੋਏ ਨੇ। ਇਸ ਗੱਲ ਕਰੀਏ ਫਿਰੋਜ਼ਪੁਰ ਦੀ, ਕੌਸ਼ਾਉਣੀ ਤੋਂ ਹੈਗਾ ਪਰਿਵਾਰ ਹੈ ਜਿਨ੍ਹਾਂ ਦੀ ਬੇਟੀ ਹੈਗੀ ਹੈ ਰਿਚਿਕਾ ਜਿਹੜੀ ਸ਼ਰਮਾ, MBBS ਸਟੱਡੀ ਵਾਸਤੇ ਜਿਹੜੀ ਯੂਕਰੇਨ ਦੇ ਵਿੱਚ ਪਹੁੰਚੀ ਹੋਈ ਸੀਗੀ। ਅੱਜ ਉੱਥੋਂ ਹਾਲਾਤ ਜਿਹੜੇ ਨੇ ਬਹੁਤ ਹੀ ਨਾਜ਼ੁਕ ਹੋਏ ਨੇ ਸਾਡੇ ਨਾਲ, ਉਹਨਾਂ ਦੇ ਪਰਿਵਾਰ ਨੇ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬੱਚੀ ਨਾਲ ਕਦੇ ਹੋ ਜਾਂਦੀ ਹੈ, ਕਦੇ ਨਹੀਂ ਹੁੰਦੀ। ਕਈ ਵਾਰ ਹਾਲਾਤ ਕਿਸ ਤਰ੍ਹਾਂ? ਹਾਲਾਤ ਬੜੇ ਖਰਾਬ ਨੇ ਉੱਥੇ, ਉੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ, ਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਵੀ ਬੱਚੀ ਛੇਤੀ ਤੋਂ ਛੇਤੀ ਸਾਡੇ ਕੋਲ ਪਹੁੰਚ ਜਾਵੇ। ਬੱਚੀ ਨਾਲ ਤੁਹਾਡੀ ਗੱਲਬਾਤ ਹੋ ਰਹੀ ਹੈ, ਕਿ ਬੱਚੀ ਕਿਹੜੀਆਂ ਮੁਸ਼ਕਲਾਂ ਗੁਜ਼ਾਰ ਰਹੀਆਂ ਨੇ, ਜਾਂ ਕਿਸ ਤਰ੍ਹਾਂ, ਜਾਂ ਅੰਬੈਸੀ ਜਿਹੜਾ ਸੰਪਰਕ ਦੇ ਵਿੱਚ ਹੈਗੀ? ਅੰਬੈਸੀ ਦੇ ਉਹਨਾਂ ਫੋਨ ਕੀਤਾ ਸੀਗਾ, ਅੰਬੈਸੀ 'ਚ ਗਏ ਸੀਗੇ, ਉਹਨਾਂ ਦੀ ਕੱਲ੍ਹ ਦੀ ਫਲਾਈਟ ਸੀਗੀ, ਲੇਕਿਨ ਜਦੋਂ ਏਅਰਪੋਰਟ ਪਹੁੰਚੇ ਤਾਂ ਉਹਨਾਂ ਨੂੰ ਕਹਿਤਾ ਕਿ ਵੀ ਤੁਹਾਡੀ ਫਲਾਈਟ ਕੈਂਸਲ ਹੋ ਗਈ ਹੈ। ਫਿਰ ਉਹ ਅੰਬੈਸੀ 'ਚ ਗਏ ਸੀਗੇ, ਅੰਬੈਸੀ ਵਾਲਿਆਂ ਨੇ ਕਿਹਾ ਕਿ ਵੀ ਅਸੀਂ ਤੁਹਾਡਾ ਦੇਖਦੇ ਹਾਂ, 1-2 ਦਿਨ ਲੱਗਣਗੇ ਸਾਨੂੰ ਸਾਰਾ ਸੈਟਿੰਗ ਕਰਨ 'ਚ। ਤੇ ਉਹਨਾਂ ਨੇ ਕਿਹਾ ਕਿ ਵੀ ਜਿੱਥੇ ਤੁਹਾਨੂੰ ਹੁੰਦਾ ਉੱਥੇ ਤੁਸੀਂ ਆਪਣਾ ਇੰਤਜ਼ਾਮ ਕਰ ਲਓ, ਜਿਵੇਂ ਸਾਨੂੰ ਉਹ ਹੋਏਗਾ ਤੇ ਅਸੀਂ ਤੁਹਾਨੂੰ ਉਹ ਕਰਾਂਗੇ। ਕੀ ਮੰਗ ਕੀ ਤੁਸੀਂ ਕਰਦੇ ਸਰਕਾਰਾਂ ਤੋਂ ਜਾਂ ਯੂਕਰੇਨ ਦੀ ਸਰਕਾਰ? ਸਰਕਾਰਾਂ ਤੋਂ ਇਹ ਮੰਗ ਕਰਦੇ ਹਾਂ ਕਿ ਵੀ ਸਾਡੀ ਬੱਚੀ ਨੂੰ ਛੇਤੀ ਤੋਂ ਛੇਤੀ ਸਾਰਿਆਂ ਬੱਚਿਆਂ ਨੂੰ ਉੱਥੋਂ ਨਿਕਾਲਿਆ ਜਾਏ, ਜਿਹੜੇ ਇੰਡੀਆ ਵਾਲੇ ਨੇ ਉਹਨਾਂ ਨੂੰ ਆਪਣੇ ਆਪਣੇ ਘਰਾਂ 'ਚ ਆ ਜਾਣ, ਤੇ ਸਾਨੂੰ ਤਸੱਲੀ ਹੋਵੇ। ਇਹ ਸਨ ਫਾਦਰ ਸਾਹਿਬ ਜੀ ਨਾਲ, ਉਹਨਾਂ ਦੇ ਇਸ ਸਮੇਂ ਜਿਹੜੀ ਲੜਕੀ ਹੈਗੀ ਰਿਚਿਕਾ, ਉਹਨਾਂ ਦੇ ਸਿਸਟਰ ਵੀ ਜਿਹੜੀ ਸਾਡੇ ਨਾਲ ਇਸ ਸਮੇਂ ਮੌਜੂਦ ਹੈਗੇ ਨੇ। ਕਿਸ ਤਰ੍ਹਾਂ ਤੁਹਾਡੀ ਗੱਲਬਾਤ ਹੋ ਰਹੀ, ਕੀ ਮੁਸ਼ਕਲਾਂ ਕੀ ਆ ਰਹੀਆਂ ਨੇ? ਉਸੇ ਵੀਡੀਓ ਕਾਲ ਤੋਂ ਹੋ ਨਹੀਂ ਰਹੀ ਹੈ, ਹਮੇਸ਼ਾ ਆਡੀਓ ਕਾਲ ਕਰ ਰਹੇ ਹਾਂ ਜਾਂ ਮੈਸੇਜ ਪੇ ਮੈਂ ਉਸੇ ਬਾਤ ਕਰ ਰਹੀ ਹੂੰ, ਕਿਉਂਕਿ ਕਨੈਕਸ਼ਨ ਕਭੀ ਬੀਚ ਮੇ ਆ ਰਹਾ ਹੈ ਕਭੀ ਨਹੀਂ ਆ ਰਹਾ ਹੈ, ਤੋ ਐਸੇ ਨੈਟਵਰਕ ਪ੍ਰੋਬਲਮ ਹੋ ਰਹੀ ਹੈ ਵਹਾਂ ਪੇ। ਠੀਕ ਹੈ, ਮੁਸ਼ਕਲਾਂ ਕੀ ਆ ਰਹੀਆਂ ਨੇ, ਕੀ ਤੁਹਾਡੇ ਨਾਲ ਗੱਲਬਾਤ ਹੋ ਰਹੀ, ਕੀ? ਹਾਂ, ਉਸਕੇ ਬਿਨਾ ਉਸਕੇ ਫਰੈਂਡਸ ਸੇ ਵੀ ਕੰਟੈਕਟ ਹੈ ਜੋ ਅਭੀ ਵੀ ਖਾਰਕੀਵ ਮੇ ਅਟਕ ਗਏ ਹੈ। ਉਨਕਾ ਕਿਆ ਹੈ ਕਿ ਵੋ ਮੈਟਰੋ ਸਟੇਸ਼ਨ ਕੇ ਬੰਕਰਸ ਮੇ ਹੈ, ਉਨਕੋ ਖਾਨੇ ਕੀ ਪ੍ਰੋਬਲਮ ਆ ਰਹੀ ਹੈ, ਕੁਛ ਠੰਡ ਮੇ ਬਿਮਾਰ ਹੋ ਗਏ ਹੈ, ਕੰਬਲ ਵਗੈਰਾ ਨਹੀਂ ਹੈ ਸਾਥ ਮੇ ਉਨਕੇ, ਤੋ ਐਸੀ ਪ੍ਰੋਬਲਮਸ ਆ ਰਹੀ ਹੈ। ਰਿਚਿਕਾ ਦੇ ਜਿਹੜੇ ਨੇ ਮਾਤਾ ਜੀ ਵੀ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਕਿਸ ਤਰ੍ਹਾਂ ਤੁਸੀਂ ਦੇਖਦੇ ਕਿ ਹਾਲਾਤ ਜਿਹੜੇ ਨੇ ਉੱਥੇ ਨਾਜ਼ੁਕ ਬਣੇ ਹੋਏ ਨੇ, ਕਿ ਸਰਕਾਰਾਂ ਬੱਚਿਆਂ ਨੂੰ ਲਿਆ ਪਾਉਣਗੇ? ਪਤਾ ਨਹੀਂ, ਹਮੇ ਨਹੀਂ ਪਤਾ ਲਾ ਪਾਏਗੇ, ਲੇਕਿਨ ਹਮ ਸਰਕਾਰ ਸੇ ਯਹੀ ਕੋਸ਼ਿਸ਼ ਕਰਤੇ ਕਿ ਬਸ ਹਮਾਰੇ ਬੱਚੋਂ ਕੋ ਲੇਕਰ ਆ ਜਾਏ, ਜੈਸੇ ਜੈਸੇ ਕਰਕੇ ਹਮਾਰੇ ਬੱਚੇ ਸਭ ਘਰ ਪੇ ਵਾਪਸੀ ਆ ਜਾਏ, ਬਸ ਹਮੇ ਔਰ ਕੁਛ ਨਹੀਂ ਚਾਹੀਏ, ਹਮਾਰੇ ਕੋ ਸਿਰਫ ਯਹੀ ਚਾਹੀਏ, ਬਸ ਬੱਚੇ ਸਹੀ ਸਲਾਮਤ ਹਮਾਰੇ ਘਰ ਹਮਾਰੇ ਪਾਸ ਵਾਪਸ ਆ ਜਾਏ। हाँ बेटा, वो तुम वहाँ पर होगे ना, इसलिए तो आ नहीं रहा होगा, नीचे बेसमेंट में तो आवाज नहीं आ रही होगी ना, तो करके ठीक है बेटा, तू ठीक है? जी जी, आप टेंशन कुछ नहीं, बस अभी में जा रहे हैं। अच्छा, तो तुमने कुछ खाया पिया है कि नहीं खाया बेटा? है बेटा? हाँ जी, खा लिया था। खा लिया था? है तुम्हारे पास बेटा खाने पीने का सामान? हाँ जी, खाने को भी रखा हुआ है साथ में। अच्छा, रखा हुआ है, तो वहाँ पे कोई आवाज वोज तो नहीं आ रही, जैसे ऊपर से वो बम वगैरह वो सब कर रहे हैं? नहीं, अभी तो नहीं, आस पास कुछ भी नहीं आ रही, अभी नहीं आ रही। बेटा वहाँ सारे बच्चे इकट्ठे ही हो ना, तुम इकट्ठे ही रहना बेटा सारे, ठीक है? हाँ जी, हम सारे साथ। हाँ बेटा, कोई भी अलग मत होना, सारे इकट्ठे ही रहना, ठीक है? ध्यान रखना अपना। हाँ बेटा, ध्यान रखना, जब तक कोई दूसरी वो नहीं आती जब तक ना कहीं भी मत जाना, ठीक है बेटा? आपको इन्फॉर्मेशन के बारे में पता लग रहा है? और तुमको कोई इन्फॉर्मेशन मिल रही है क्या बेटा कि नहीं? नहीं, अभी तो कुछ हो नहीं है, अभी कुछ भी नहीं हो रहा, इसकी इन्फॉर्मेशन। अच्छा। जैसे एम्बेसी वालों की कोई है, कोई कॉल वालों ने बोला है कि सिर्फ या तो हेल्पलाइन ट्विटर और फेसबुक पेज फॉलो करते रहो, हम वहाँ पे अपडेट्स डालते रहेंगे। अच्छा, ठीक है फिर, चलो ठीक है फिर बेटा, आप अपना ना ध्यान रखना खाने पीने का भी, और वैसे भी डरना ना बिल्कुल भी, ठीक है? बिल्कुल मत डरना कोई भी, ठीक है? हम लोगों भी नहीं, यहाँ पे सबसे बात करी हुई है, कोई ना कोई हेल्प करेंगे ही आप लोगों की, ठीक है? सबकी हाँ, कोई ठीक देखते हैं निकालने के लिए, निकालेंगे बेटा आप लोगों को वहाँ से, कोई निकालेंगे, ठीक है? हाँ ठीक है बेटा, और हाँ नीचे चले जाओ, बस वहीं रहना, हाँ ठीक है बेटा, हाँ ठीक है। ਸਾਡੇ ਨਾਲ ਸਮਾਜ ਸੇਵੀ ਵੀ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਨੇ ਸੁਰਿੰਦਰ ਜੀ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਬੱਚਿਆਂ ਦੇ ਜਾਨਣ ਦੀ ਕੋਸ਼ਿਸ਼, ਕਿਹੜੇ ਕਿਹੜੇ ਬੱਚੇ ਜਿਹੜੇ ਪਹੁੰਚੇ ਹੋਏ ਨੇ, ਕਿਸ ਤਰ੍ਹਾਂ ਤੁਸੀਂ ਦੇਖਦੇ ਕਿ ਸਰਕਾਰਾਂ ਜਿਹੜੇ ਆ ਕਿ ਸਾਥ ਦੇ ਰਹੀਆਂ ਨੇ? ਸਰ ਫਿਲਹਾਲ ਤੇ ਜਿਹੜਾ ਹੈ ਜਿਹੜਾ ਇੰਡੀਆ ਲੈਵਲ ਤੇ ਅਗਰ ਕੁਛ ਹੋ ਰਿਹਾ ਤੇ ਉਹਦਾ ਤੇ ਮੈਂ ਕੁਛ ਕਹਿ ਨਹੀਂ ਸਕਦਾ, ਅਗਰ ਆਪਾਂ ਕਹੀਏ ਸਟੇਟ ਲੈਵਲ ਦੇ ਉੱਤੇ ਤੇ ਹਾਲੇ ਮੈਨੂੰ ਲੱਗਦਾ ਕਿ ਜ਼ਿਆਦਾ ਇਲੈਕਸ਼ਨ ਮੋਡ ਹੀ ਚੱਲਦਾ ਪਿਆ ਵੈ, ਤੇ ਹਾਲੇ ਇਲੈਕਸ਼ਨ ਮੋਡ ਤੋਂ ਸਰਕਾਰ ਹਾਲੇ ਪੂਰੀ ਤਰੀਕੇ ਦੇ ਨਾਲ ਉੱਭਰ ਕੇ ਬਾਹਰ ਨਹੀਂ ਆਈ,
ਜਿਵੇਂ ਮੈਂ ਇਹਨਾਂ ਨੂੰ ਮਿਲਿਆ, ਇੱਕ ਪਰਿਵਾਰ ਨੂੰ ਹੋਰ ਮਿਲਿਆ ਵਾਂ, ਅਤੇ ਕਿਸੇ ਕੋਲ ਹਾਲੇ ਕੋਈ ਡਾਟਾ ਨਹੀਂ ਹੈ, ਇਹਨਾਂ ਨੂੰ ਆ ਕੇ ਕੋਈ ਨਹੀਂ ਮਿਲਿਆ, ਇਹ ਆਪਣੇ ਲੈਵਲ ਦੇ ਉੱਤੇ ਡੀਸੀ ਆਫਿਸ ਗਏ ਵੀ ਹੈ, ਅਤੇ ਬਾਈ ਚਾਂਸ ਇਹਨਾਂ ਦੀ ਕੋਈ ਪ੍ਰੋਪਰ ਕਿਸੇ ਦੇ ਨਾਲ ਉੱਥੇ ਮੁਲਾਕਾਤ ਨਹੀਂ ਹੋ ਪਾਏਗੀ ਜਿੱਥੋਂ ਇਹਨਾਂ ਨੂੰ ਕੋਈ ਹੌਸਲਾ ਇਹਨਾਂ ਦਾ ਬਣੀ ਚਦਾ। ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਆ ਚੈਨਲਾਂ ਦੇ ਮਾਧਿਅਮ ਤੋਂ ਹੀ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਵੀ ਆਪਣੇ ਵੱਲੋਂ ਇੱਕ ਹੈਲਪਲਾਈਨ ਨੰਬਰ ਦੇਣ ਆਪਣੇ ਡੀ ਪੀ ਆਰ ਓ ਆਫਿਸ ਤੋਂ, ਜਾਂ ਕਿਸੇ ਦਾ ਕੋਈ ਐਡਰੈਸ ਦੇਣ, ਜਾਂ ਕੋਈ ਡੀ ਸੀ ਆਫਿਸ ਦਾ ਐਡਰੈਸ ਦੇਣ ਕਿ ਜਿੱਥੇ ਉਹ ਆ ਕੇ ਸਾਰੇ ਇਕੱਠੇ ਹੋ ਕੇ ਆਪਣਾ, ਜੇ ਇਹਨਾਂ ਕੋਲ ਡਾਟਾ ਨਹੀਂ ਹੈ ਚਲੋ ਕੋਈ ਗੱਲ ਨਹੀਂ, ਹੋ ਸਕਦਾ ਨਾ ਹੋਵੇ ਕਿ ਉੱਥੇ ਆ ਕੇ ਆਪਣਾ ਡਾਟਾ ਦੇ ਸਕਣ, ਅਤੇ ਕੋਈ ਹੈਲਪਲਾਈਨ ਨੰਬਰ ਤੋਂ ਅੱਗੇ ਆਪਣੇ ਬੱਚਿਆਂ ਦੇ ਨਾਲ ਕੰਟੈਕਟ ਕਰਨ ਦਾ ਜਾਂ ਉਹਨਾਂ ਦਾ ਡਾਟਾ ਅਗਰ ਸਰਕਾਰ ਨੂੰ ਚਾਹੀਦਾ ਤਾਂ ਮਿਲ ਜਾਏ। 3 ਸਾਲ ਹੋ ਗਏ ਨੇ ਜਿਹੜਾ ਸਟੱਡੀ ਵਾਸਤੇ ਐਮ ਬੀ ਬੀ ਐਸ ਦੀ ਪੜ੍ਹਾਈ ਵਾਸਤੇ ਜਿਹੜੀ ਯੂਕਰੇਨ ਪਹੁੰਚੀ ਹੋਈ ਸੀ, ਅੱਜ ਹਾਲਾਤ ਜਿਹੜੇ ਨੇ ਨਾਜ਼ੁਕ ਹੋਣ ਦੇ ਕਾਰਨ ਜਿਹੜੇ ਨੇ ਬੱਚੀ ਸਾਡੀ ਉੱਥੇ ਫਸੀ, ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਲਦ ਤੋਂ ਜਲਦ ਸਾਡੇ ਬੱਚਿਆਂ ਨੂੰ ਜਿਹੜਾ ਕਿ ਵਾਪਸ ਜਿਹੜਾ ਕਿ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਕਿ ਸਾਡੇ ਬੱਚੇ ਤੰਦਰੁਸਤੀ ਦੇ ਨਾਲ ਇੱਥੇ ਜਿਹੜੇ ਕਿ ਪਹੁੰਚ ਸਕਣ। ਕੈਮਰਾਮੈਨ ਨਾਲ ਸਿਮਰਨ ਸਿੱਧੂ, ਪੰਜਾਬ ਟੂਡੇ, ਫਿਰੋਜ਼ਪੁਰ।